खुलासे जलंधर च किन्नर बने मुंडिया दे सनसनी केज खुलासे आपस च पंगा पैन तो बाद कर दिते खुलासे ए खुलासे सही है ये गलत ऐ सब पड़ताल च पता चलेगा पर तुसी आप ही सुन लवो एक दूजे बारे की गल्ला कर रहे ने ए लोग सानिया महंत जो मेरे गुरु ना दे तीन न्याणे आ जी इन्हां दी मैं इक्को मैं अपील कर दी इन्हां दी डेरा दे विच चेकिंग करवाई जावे और इक्को अपील कर दी है मैं सरकार को रूपाली महंत जी है फिर अपने रोशनी मेरा ताया गुरु ए दिया दो तीन चेले है इन्होंने नाल जिन्ने मुंडे रेंदे ढोलक वाले फिर जेड़े इन्होंने अपने कोल भी रखे डेरिया च रात नू गलत काम हुंदे ठीक है ओ सारे इन्होंने पहला सानू दुपहरे वारदात बड़ी कीती है मैं वीडियो पेश कर दांगी जिथे मैं ना वारदात हुई उथे कैमरे मौजूद सी इन्होंने मेनू मुंडिया ने कुटिया मंता ने मेनू हाथ नहीं लाया मेनू मुंडिया ने कुटिया बहुत ज्यादा हुण मैं कपूरथला चौंक मंग दी सी मैं कपूरथला चौंक मंग के धोबी घाट तो आंदी पई सी धोबी घाट तो मैं आटो च उतरी इन्होंने मेरे पता नहीं की मारिया मेरी उंगल टूट गई मेरा सिर पाट गया हैं आ देखो मेरे पीछे देखो इधर मेरे चेले का साल देखो इन्होंने पता नहीं की कुछ किया मेरे चेले दे नाल हैं आ देखो साडे बुरे हाल इन्होंने किते सुनो ये मेनू कह रहे ना भी मैं ताडा चेला है मैं इन्हों का चेला है मेरे को वीडियो भेज दे फोन लिया जरा फट के साफ साफ इन्होंने सुनो जो दोपहर इन्होंने मीडिया की इन्होंने मेनू थाने बुलाया मैं थाने गई सी उन्होंने कहा 14 तरीक नू ਤੁਹਾਡੀ ਅਸੀਂ ਦੇਖਾਂਗੇ ਤੁਹਾਡਾ ਕੋਈ ਫੈਸਲਾ ਕਰਾਂਗੇ ਸਾਡਾ ਕੋਈ ਫੈਸਲਾ ਨਹੀਂ ਸਾਡਾ ਕੋਈ ਫੈਸਲਾ ਨਹੀਂ ਹੋਇਆ ਇਹਨਾਂ ਨੇ ਥਾਣੇ ਦੇ ਅੰਦਰ ਪੈਸੇ ਚਾੜ ਦਿੱਤੇ ਮਾਰਿਆ ਕਿਹਨੇ ਤੁਹਾਨੂੰ ਸਾਨੂੰ ਮਾਰਿਆ ਰੁਪਾਲੀ ਮੰਤ ਜੀ ਹੈ ਉਰਫ ਰੋਸ਼ਨੀ ਜੀ ਹੈ ਉਰਫ ਕਿਆ ਉਹਦਾ ਨਾਮ ਲੈਂਦੇ ਹੈਗੇ ਸੰਤਾ ਭਾਜੀ ਸਾਨੀਆ ਮੰਤ ਜੋ ਮੇਰੇ ਗੁਰੂ ਉਹਨਾਂ ਦੇ ਤਿੰਨ ਨਿਆਣੇ ਆ ਜੀ ਇਹਨਾਂ ਦੀ ਮੈਂ ਇੱਕੋ ਮੈਂ ਅਪੀਲ ਕਰਦੀ ਇਹਨਾਂ ਦੀ ਡੇਰਾ ਦੇ ਵਿੱਚ ਚੈਕਿੰਗ ਕਰਵਾਈ ਜਾਵੇ ਔਰ ਇੱਕੋ ਅਪੀਲ ਕਰਦੀ ਹੈ ਮੈਂ ਸਰਕਾਰ ਕੋ ਇਹਨਾਂ ਦੇ ਡੀਐਨਏ ਟੈਸਟ ਕਰਾਏ ਜਾਣ ਇਹ ਮੈਨੂੰ ਸੁਣੋ ਇਹ ਮੈਨੂੰ ਬਾਰ-ਬਾਰ ਕਹਿੰਦੇ ਆ ਆਪਣਾ ਲਿੰਗ ਪਰਿਵਰਤਨ ਕਰਵਾ ਲਾ ਤੇ ਸਾਡੇ ਡੇਰੇ ਆ ਜਾ ਆਪਾਂ ਲਿੰਗ ਪਰਿਵਰਤਨ ਕਰਵਾ ਲਾ ਡੇਰੇ ਸਾਡੇ ਆ ਜਾ ਅੱਜ ਮੈਂ ਨਾ ਇੱਕ ਦਿਨ ਦੇ ਵਿੱਚ ਅੱਜ ਦਿਨ ਦੇ ਵਿੱਚ ਮੈਂ ਨਾ ਦੋ ਵਾਰੀ ਹਮਲਾ ਹੋ ਗਿਆ ਦੁਪਹਿਰੇ ਮੈਂ ਨਾ ਹਮਲਾ ਹੋਇਆ ਬਸਤੀ ਬਾਵਾ ਕੇ ਲਹਿਰ ਤੇ ਠੀਕ ਹੈ ਜੀ ਬਾਵਾ ਕੇ ਲਹਿਰ ਤੇ ਹੋਇਆ ਨਾਮ ਮੇਰਾ ਹੈਗਾ ਜੀ ਗਿੰਨੀ ਬਾਬਾ ਜੀ ਹੁਣ ਦੁਬਾਰਾ ਕਿਹੜੀ ਕੀ ਗੱਲ ਕੀ ਹੋਈ ਹੈ ਨਹੀਂ ਦੁਬਾਰਾ ਬਾਬਾ ਜੀ ਕਿਵੇਂ ਹਮਲਾ ਕੀਤਾ ਦੁਬਾਰਾ ਇਹਨਾਂ ਨੇ ਹਮਲਾ ਕੀਤਾ ਦੁਬਾਰਾ ਮੁੰਡਿਆਂ ਤੋਂ ਕਰਵਾਇਆ ਪਤਾ ਨਹੀਂ ਜੀ ਕਿਹੜੇ ਮੁੰਡੇ ਸੀ ਉਹਨਾਂ ਦੇ ਵਿੱਚ ਮੈਂ ਇੱਕੋ ਨੂੰ ਜਾਣਦੀ ਜੋ ਮੇਰਾ ਲਾਲਾ ਸੀ ਜਿਹਨੇ ਸਵੇਰੇ ਮੇਰੇ ਤੇ ਹੱਥ ਚੱਕਿਆ ਔਰ ਉਹਨਾਂ ਦੇ ਕੋਲ ਬੈਸ ਬੋਲ ਕੀ ਦਾਤ ਕੀ ਔਰ ਸੁਰੀਆਂ ਕੀ ਆ ਦੇਖੋ ਮੇਰੀ ਉਂਗਲੀ ਦਾ ਹਾਲ ਉਂਗਲੀ ਮੇਰੀ ਨਾਲ ਨਹੀਂ ਲੱਗਦੀ ਮੇਰੀ ਉਂਗਲੀ ਇਹਨਾਂ ਨੇ ਦਿੱਤੀ ਆ ਜੀ ਤੋੜ ਠੀਕ ਹੈ ਇਹਨਾਂ ਨੇ ਸਾਡੇ ਗੁੱਜੀਆਂ ਸੱਟਾ ਵੀ ਬਥੇਰੀਆਂ ਮਾਰੀਆਂ ਮੇਰੇ ਸੈਚ ਇਹਨਾਂ ਨੇ ਪਤਾ ਨਹੀਂ ਮੈਨੂੰ ਚੋਰੀ ਮਾਰ ਕੀ ਮਾਰਿਆ ਮੈਂ ਤਾਂ ਮਸੀ ਬਚ ਕੇ ਆਈ ਦੇਖ ਸਕਦੇ ਮੇਰੇ ਨੰਗੇ ਪੈਰ ਮੈਂ ਤਾਂ ਮਸੀ ਭੱਜ ਕੇ ਉੱਥੋਂ ਆਇਆ ਠੀਕ ਹੈ ਜੀ ਨਹੀਂ ਹਮਲਾ ਕਿਉਂ ਕੀਤਾ ਬਾਬਾ ਜੀ ਆ ਦੇਖੋ ਗਰੀਬ ਬੱਚਾ ਵਿਚਾਰਾ ਚੌਂਕ ਮੰਗਦਾ ਠੀਕ ਹੈ ਜੀ ਮੈਂ ਵੀ ਚੌਂਕ ਮੰਗਦਾ ਸੀ ਗਰੀਬ ਬੱਚਾ ਚੌਂਕ ਮੰਗਦਾ ਇਹਨਾਂ ਨੇ ਮੈਨੂੰ ਚੇਲਾ ਕਰ ਲਿਆ ਹੁਣ ਮੈਨੂੰ ਕਹਿ ਰਹੇ ਆ ਸਾਡੇ ਕੋਈ ਇਲਾਕਾ ਨਹੀਂ ਕੋਈ ਪਾਕਾ ਨਹੀਂ ਔਰ ਮੈਂ ਮੰਗਦਾ ਨਹੀਂ ਮੈਂ ਇਲਾਕਾ ਨਹੀਂ ਮੰਗਦਾ ਮੈਨੂੰ ਇੱਕੋ ਹੀ ਮੈਨੂੰ ਬਾਰ ਬਾਰ ਮਜਬੂਰ ਕਰ ਰਹੇ ਆ ਤੂੰ ਆਪਣਾ ਲਿੰਗ ਪਰਿਵਰਤਨ ਕਰਵਾ ਦੇ ਸਾਡੇ ਡੇਰੇ ਚ ਆ ਜਾ ਮੈਨੂੰ ਬਾਰ ਬਾਰ ਇੱਕੋ ਮੈਨੂੰ ਕਹਿ ਰਹੇ ਆ ਆਪਣਾ ਲਿੰਗ ਪਰਿਵਰਤਨ ਕਰਵਾ ਸਾਡੇ ਡੇਰੇ ਚ ਆ ਬਾਕੀ ਮੇਰਾ ਚੇਲਾ ਤੁਹਾਨੂੰ ਦੱਸੂਗਾ ਮੈਨੂੰ ਕਹਿ ਰਹੇ ਮੇਰਾ ਗੁਰੂ ਜੀ ਸਾਨੀਆ ਮੰਤੂਰ ਪਸੰਤਾ ਭਾਜੀ ਜੋ ਜਿੱਥੇ ਦਾ ਉਹ ਰਹਿਣ ਵਾਲਾ ਨਾ ਬਸਤੀ ਪੀਰਦਾਸ ਦਾ ਉਹ ਉੱਥੇ ਦਾ ਹੀ ਹੈ ਔਰ ਉਹਦੇ ਤਿੰਨ ਨਿਆਣੇ ਇੱਕ ਮੁੰਡਾ ਦੋ ਕੁੜੀਆਂ ਔਰ ਮੁੰਡਾ ਹੈ ਜਿਹੜਾ ਦਾ ਛੋਟਾ ਡੇਰੇ 'ਚ ਰਹਿੰਦਾ ਹੈ ਜੀ ਔਰ ਜਿਹੜੇ ਰਾਹੁਲ ਭਾਜੀ ਨੇ ਉਰਫ ਰੁਪਾਲੀ ਮੰਤ ਜੀ ਉਹ ਵੀ ਉਹਨਾਂ ਦਾ ਵਿਆਹ ਹੋਇਆ ਹੈ ਬਾਬਾ ਜੀ ਇੱਕ ਮਿੰਟ ਗੱਲ ਸੁਣੋ ਹਾਂਜੀ ਬੋਲੋ ਇਹ ਗੱਲ ਜਿਹੜੀ ਤੁਹਾਨੂੰ ਉਹਨਾਂ ਨੇ ਕਦੋਂ ਕਹੀ ਹੈ ਜੀ ਤੁਸੀਂ ਸਾਡੇ ਨਾਲ ਆਓ ਜਾਂ ਪੁਲਿਸ ਵੀ ਛੱਡ ਦਿਓ ਜਿੱਦਾਂ ਇਹ ਸਾਨੂੰ ਜੀ ਡੇਰੇ 'ਚੋਂ ਕੁੱਟ-ਕੁੱਟ ਕੇ ਖੜਦੇ ਆ ਵੀ ਤੁਸੀਂ ਇਦਾਂ ਆ ਜੀ ਹਾਂਜੀ ਮੈਂ ਇਦਾਂ ਆ ਜੀ ਇਹ ਮੈਨੂੰ ਬਾਰ-ਬਾਰ ਕਹਿ ਰਹੇ ਆਪਣਾ ਕੰਮ ਕਰਵਾ ਦੇ ਦੀਵਾਲੀ ਤੋਂ ਪਹਿਲਾਂ ਤੂੰ ਸਾਡੇ ਡੇਰੇ 'ਚ ਆ ਜਾ ਮੈਂ ਜੀ ਆਪਣੇ ਦੁਕਾਨਾਂ ਮੰਗਣ ਚੱਲ ਗਿਆ ਬਸਤੀ ਪੀਰਦਾਸ ਦੀਆਂ ਆਪਣੇ ਮਾਲਕ ਦੀਆਂ ਆਪਣੇ ਗੁਰੂ ਦੀਆਂ ਜੇ ਮੇਰੇ ਗੁਰੂ ਨੇ ਮੈਨੂੰ ਚੇਲਾ ਕੀਤਾ ਮੈਂ ਆਪਣੀ ਗੁਰੂ ਦਾ ਨਹੀਂ ਗਲੀ ਗੁੰਮਾ ਮੰਗਣਾ ਕਿ ਇਹਦਾ ਦੱਸੋ ਮੈਨੂੰ ਬੋਲੋ ਮੈਂ ਆਪਣੀ ਗੁਰੂ ਦਾ ਮੰਗੂੰਗਾ ਨਾ ਮੈਂ ਆਪਣੀ ਗੁਰੂ ਦਾ ਮੰਗਣ ਗਿਆ ਏ ਉੱਥੇ ਆ ਕੇ ਇਕੱਠੇ ਹੋ ਕੇ ਮੈਨੂੰ ਪੈ ਗਏ ਬਾਕੀ ਇਹ ਭਾਜੀ ਗਵਾਹ ਕਿੰਨੇ ਜਾਣੇ ਸੀ ਬੋਲੋ ਤੁਸੀਂ ਮੀਡੀਆ ਵਾਲੇ ਭਾਜੀ ਕਿੰਨੇ ਜਾਣੇ ਸੀ ਉਹ ਤੇ ਮੈਂ ਕਿੰਨੇ ਜਾਣੇ ਸੀ ਇਹ ਕੇਸ ਤੇ ਹੁਣ ਜਿਹੜਾ ਹਮਲਾ ਹੋਇਆ ਤੇਰੇ ਨਾਲ ਧੋਬੀ ਘਾਟ ਤੋਂ ਮੈਂ ਕਪੂਰਥਲਾ ਚੌਂਕ ਤੋਂ ਆ ਰਹੀ ਸੀ ਧੋਬੀ ਘਾਟ ਮੈਂ ਆਟੋ 'ਚ ਉਤਰੀ ਆ ਇਹਨਾਂ ਨੇ ਬਸ ਉੱਥੇ ਮੈਨੂੰ ਫੜ ਲਿਆ ਜੀ
ਇਹਨਾਂ ਨੇ ਮੈਨੂੰ ਉੱਥੇ ਫੜ ਲਿਆ। ਉਦੋਂ ਬਾਅਦ ਨਹੀਂ ਮੈਨੂੰ ਪਤਾ ਲੱਗਾ ਮੇਰੇ ਨਾਲ ਕੀ ਹੋਇਆ ਮੇਰੇ ਨਾਲ ਕੀ ਨਹੀਂ ਹੋਇਆ। ਉਦੋਂ ਬਾਅਦ ਦੇਖੋ ਜਿੱਦਾਂ ਧੋਬੀ ਘਰ ਕਿਹਨੇ ਜਾਣੇ ਹਮਲਾ ਕੀਤਾ ਸੀ ਉਹ ਜਿੱਦਾਂ ਧੋਬੀ ਘਰ ਕੋਲ ਕਿਹਨੇ ਜਾਣੇ ਇੱਧਰ ਇੱਧਰ ਆ ਜਾਣਾ ਕੀ ਨਾਮ ਆ ਝਗੜਾ ਕਰਨ ਝਗੜੇ ਦਾ ਕਾਰਨ ਕੀ ਰਿਹਾ? ਅਸੀਂ ਭੱਜ ਕੇ ਵਜੇ ਅੰਦਰੋਂ ਮੈਂ ਭੱਜ ਗਈ ਸੀਗੀ ਇਹਨਾਂ ਦੋਨਾਂ ਨੇ ਮੈਨੂੰ ਫੜ ਲਿਆ। ਕਿੱਥੇ ਲੜਾਈ ਹੋਈ ਸੀ? ਇੱਕ ਅਸੀਂ ਕਪੂਰਥਲੇ ਦਾ ਆਉਂਦੇ ਨੇ ਧੋਬੀ ਘਰ ਕੀ ਲੜਾਈ ਤੁਹਾਡੀ ਕਿੱਥੇ ਹੋਈ? ਧੋਬੀ ਘਰ ਜਿੱਥੇ ਉਤਰਦੇ ਆ ਆਪਾਂ ਉੱਥੇ ਲੜਾਈ ਹੋਈ ਹੈ। ਕਿਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ? ਉਹਨਾਂ ਨੇ ਕਿੱਧਰ ਫੜ ਲਿਆ? ਉਹ ਕਿੱਥੇ ਦੇ ਰਹਿਣ ਵਾਲੇ ਨੇ? ਪੈਸਾ ਚਾੜ ਦਿੱਤਾ ਆ। ਹਾਂਜੀ
ਦੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਮੈਂ ਇੱਕੋ ਹੀ ਮੰਗ ਕਰਦੀ ਹਾਂ ਇੱਕੋ ਹੀ ਅਪੀਲ ਕਰਦੀ ਹਾਂ ਹੱਥ ਜੋੜ ਕੇ ਇਹਨਾਂ ਦੇ ਡੀਐਨਏ ਟੈਸਟ ਕਰਵਾਏ ਜਾਣ ਇਹਨਾਂ ਦੇ ਡੇਰੇ 'ਚ ਛਾਪੇ ਪਾਏ ਜਾਣ ਇਹਨਾਂ ਦੇ ਬੱਚੇ ਕਿੰਨੇ ਕਿੰਨੇ ਮੇਰੇ ਬੱਚੇ ਦੇਖ ਲਓ ਮੇਰੇ ਬੱਚੇ ਕਿੰਨੇ ਨੇ ਤਾਂ ਮੈਂ ਤੁਹਾਨੂੰ ਦੱਸਦਾ ਮੇਰੇ ਬੱਚੇ ਕਿੰਨੇ ਔਰ ਜਿੰਨਾ ਸੁਣੋ ਜਿਹੜਾ ਲਿੰਗ ਪਰਿਵਰਤਨ ਹੁੰਦਾ ਆ ਉਹ ਡਾਕਟਰ ਤੋਂ ਵੀ ਹੁਣੇ ਲੈ ਕੇ ਚੱਲਦੀ ਚਲੋ ਉਹ ਡਾਕਟਰ ਵੀ ਇੱਥੇ ਦਾ ਹੀ ਆ ਉਹ ਮੇਰੇ ਗੁਰੂ ਦੇ ਨਾਲ ਹੀ ਹੈ ਡਾਕਟਰ ਜੀ ਕੀ ਨਾਮ ਹੈ ਉਹ ਉਹਦੇ ਸੰਤ ਦੇ ਨਾਲ ਆ ਜੀ ਸਾਨੀਆ ਮੰਤ ਦੇ ਨਾਲ ਆ ਜੀ ਨਾਮ ਦੱਸ ਦੋ ਨਾ ਮੈਂ ਤੁਹਾਨੂੰ ਦੱਸਦੀ ਵੀ ਸਾਨੀਆ ਮੰਤ ਦੇ ਨਾਲ ਆ ਡਾਕਟਰ ਡਾਕਟਰ ਦਾ ਮੈਨੂੰ ਪਤਾ ਚਲੋ ਮੇਰੇ ਨਾਲ ਡਾਕਟਰ ਦਾ ਨਾਮ ਹੈ ਡਾਕਟਰ ਪੇਸ਼ ਕਰਾਉਣਾ ਹੈ ਚਲੋ ਤੁਹਾਨੂੰ ਮੈਂ ਡਾਕਟਰ ਪੇਸ਼ ਕਰਾ ਦੇਣੀ ਹੁਣੇ ਕਿੰਨੇ ਜਣੇ ਸੱਟਾਂ ਆਈਆਂ ਹਾਂਜੀ ਕਿੰਨੇ ਜਣੇ ਸੱਟਾਂ ਲੱਗੀਆਂ ਸੱਟਾਂ ਇਹਦੇ ਲੱਗੀਆਂ ਜੀ ਮੇਰੇ ਲੱਗੀਆਂ ਆ ਉਹ ਤਾਂ ਭੱਜ ਗਿਆ ਉਹ ਤੁਹਾਨੂੰ ਪਤਾ ਉਹ ਸੀਗਾ ਬਗਾਨਾ ਚੇਲਾ ਉਹਨੂੰ ਸਵੇਰੇ ਵੀ ਨਹੀਂ ਇਹਨਾਂ ਨੇ ਕੁਛ ਕਿਹਾ ਅਸੀਂ ਇਹਨਾਂ ਦੇ ਆਪਣੇ ਸੀ ਨਾ ਪਹਿਲਾਂ ਤੁਸੀਂ ਦੱਸੋ ਸਾਰੇ ਸਿਆਣੇ ਬੰਦੇ ਕੋਈ ਆਪਣਿਆਂ ਨੂੰ ਹੱਥ ਲਾਉਂਦਾ ਬਗਾਨਿਆਂ ਨੂੰ ਤਾਂ ਨਹੀਂ ਲਾਉਂਦਾ ਇਹਨਾਂ ਨੇ ਆਪਣਾ ਬਣਾ ਕੇ ਹੱਥ ਲਾਇਆ ਸੀ ਇਹਨਾਂ ਦਾ ਮੈਂ ਛਿੱਲਣ ਆਤੀ ਹਾਂ ਅੱਜ ਮੈਂ ਇੱਦਾਂ ਆ ਕੋਈ ਨਹੀਂ ਮੈਂ ਕੱਲ੍ਹ ਉੱਦਾਂ ਵੀ ਹੋ ਜਾਊਂਗਾ ਡਾਕਟਰ ਕੋਲ ਮੈਂ ਲੈ ਕੇ ਚੱਲਦੀ ਮੈਨੂੰ ਨਾਮ ਨਹੀਂ ਪਤਾ ਕਿੱਥੇ ਦਾ ਰਹਿਣ ਵਾਲਾ ਮੈਨੂੰ ਉਹਦਾ ਘਰ ਪਤਾ ਮੈਨੂੰ ਉਹਦਾ ਦਰ ਪਤਾ ਮੈਨੂੰ ਨਾਮ ਨਹੀਂ ਪਤਾ ਘਰ ਕਿੱਥੇ ਦਾ ਰਹਿਣ ਵਾਲਾ ਉਹ ਕਰਦਾ ਇਹ ਆ ਜੀ ਬਸ ਹਲਾਲ ਟੁੰਡਣ ਹਲਾਲ ਉਹ ਤਾਂ ਮੇਰੇ ਗੁਰੂ ਜੀ ਨਾਲ ਹੈ ਉਹਨਾਂ ਦੇ ਮੇਰਾ ਇੱਕ ਸੁਣੋ ਬਾਬਾ ਜੀ ਡਾਕਟਰ ਕਿੱਥੇ ਰਹਿਣ ਵਾਲਾ ਡਾਕਟਰ ਹੈਗਾ ਇੱਥੇ ਜੀ ਬੱਸੀਆਂ ਆਪਣੇ ਰਾ ਆਪਣੇ ਰਾਜਨਗਰ ਦਾ ਰਾਜਨਗਰ ਨਹਿਰ ਪਾਰ ਕਰਕੇ ਜਾ ਮੋੜ ਤੇ ਬਹੁਤ ਵੱਡੀ ਬਿਲਡਿੰਗ ਹੈ ਜੀ ਮੇਰਾ ਗੁਰੂ ਜੀ ਉਹਨਾਂ ਦੇ ਨਾਲ ਆ ਰਲੇ ਹੋਏ ਸੰਤਾ ਜੀ ਨਾਲ ਆ ਰਲੇ ਹੋਏ ਉਹਨਾਂ ਦੇ ਸੰਤਾ ਜੀ ਹਾਂਜੀ ਔਰ ਸੁਣੋ 4-5 ਮਹੀਨੇ ਪਹਿਲਾਂ ਇੱਕ ਦਾ ਇਹਨਾਂ ਨੇ ਕਰਵਾਇਆ ਡੇਰੇ 'ਚ ਹੀ ਕਰਵਾਇਆ ਜੇ ਨਹੀਂ ਤੇ ਉਹਨੂੰ ਵੀ ਇੱਥੇ ਬੁਲਾ ਲੈਣੀ ਫੋਨ ਕਰਕੇ ਉਹ ਵੀ ਬੜਾ ਦੁਖੀ ਹੈ ਜੀ ਇਹਨਾਂ ਨੇ ਉਹਦਾ ਐਡਾ ਇਹਨਾਂ ਨੇ ਮੇਰੇ ਗੁਰੂ ਨੇ ਉਹਦਾ ਕਰਵਾ ਕੇ ਇੱਦਾਂ ਛੱਡ ਦਿੱਤਾ ਉਹਨੂੰ ਵੀ ਮੈਂ ਸਰਕਾਰ ਕੋ ਇੱਕੋ ਅਪੀਲ ਮੰਗਦੀ ਇਹਨਾਂ ਦੇ ਡੀਐਨਏ ਟੈਸਟ ਕਰਵਾਏ ਜਾਣ ਔਰ ਜਿਹੜੇ ਅਸਲੀ ਹੈ ਨਾ ਉਹਨਾਂ ਨੂੰ ਰੱਖਿਆ ਜਾਵੇ ਬਾਕੀ ਸਾਰਿਆਂ ਦੇ ਕੱਪੜੇ ਮੁੰਡਿਆਂ ਵਾਲੇ ਪਵਾਏ ਜਾਣ ਬਸ ਇੱਕੋ ਅਪੀਲ ਹੈ ਤੁਹਾਡਾ ਕਿਉਂ ਵਿਵਾਦ ਹੋਇਆ ਸੀ ਇੱਕੋ ਅਪੀਲ ਹੈ ਇਹਨਾਂ ਨਾਲ ਹੀ ਹੋਰ ਵਾਰੀ ਹੁੰਦਾ ਹਾਂਜੀ ਇਹਨਾਂ ਨਾਲ ਹੀ ਕਿਉਂ ਇਹਨਾਂ ਨਾਲ ਹੀ ਹੁੰਦਾ ਇਹ ਹੀ ਮੇਰੇ ਗੁਰੂ ਇਹ ਹੀ ਮੇਰੇ ਨਾਲ ਧੱਕਾ ਕਰਦੇ ਆ ਦੱਸੋ ਕਿੱਥੇ ਜਾਵਾਂ ਤੁਸੀਂ ਦੱਸੋ ਜਾਣੇ ਬੈਣ ਤੁਸੀਂ ਵੀਡੀਓ ਲੱਗੇ ਹੋਏ ਬਣਾਉਣ ਦੱਸੋ ਕਿੱਥੇ ਜਾਵਾਂ ਆ ਕਿੱਥੇ ਜਾਵੇ ਗਰੀਬ ਬੱਚਾ ਹੈ ਜੀ ਮੰਗ ਕਰਦੇ ਇਹਦਾ ਕੌਣ ਜ਼ਿੰਮੇਵਾਰ ਆ ਇੱਕ ਮਿੰਟ ਬਾਬਾ ਜੀ ਹੁਣ ਅੱਗੇ ਬੁਲਾ ਕੇ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਇੱਕ ਮਿੰਟ ਸਾਡੇ ਸੁਣਾਈ ਕਿੱਥੇ ਜਾਵੇ ਠੀਕ ਹੈ ਸਾਡੇ ਇਲਾਕੇ ਦੇ ਰਿਸ਼ਤੇਦਾਰ ਜਿਹੜੇ ਡੇਰੇ ਛਾਪੇ ਪਵਾਏ ਦੇਣ ਉਹਨਾਂ ਦੇ ਨਾਲ ਨਿੱਕਮ ਪਾਪੇ ਸੁਣਾਉਂਦੇ ਨਾਲ ਮੁੰਡੇ ਗਲਤ ਕੰਮ ਕਰਦੇ ਨਾਲ ਰਾਤਾਂ ਨੂੰ ਜਿਹੜਾ ਕਿ ਇਹਨਾਂ ਵੱਲ ਜਿਹੜਾ ਸਾਡੇ ਨਾਲ ਕੁੱਟਮਾਰ ਹੋਈ ਹੈ ਜਿਹੜੀ ਸਾਡੇ ਨਾਲ ਕੁੱਟਮਾਰ ਹੋਈ ਹੈ ਉਸ ਤੋਂ ਬਾਅਦ ਜਿਹੜਾ ਕਿ ਇਹਨਾਂ ਵੱਲੋਂ ਜਿਹੜਾ ਕਿ ਕਿਹਾ ਵੀ ਜਾ ਰਿਹਾ ਕਿ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਕਿ ਆਪਣਾ ਇਲਾਜ ਕਰਾਉਣ ਲਈ ਜਿਹੜਾ ਕਿ ਮੌਕੇ 'ਤੇ ਜਿਹੜੇ ਪਹੁੰਚੇ ਦੱਸਿਆ ਜਾ ਰਿਹਾ ਕਿ ਜਿਹੜਾ ਕਿ ਮਹੰਤਾ ਜਿਹੜੇ ਮੰਤਰੀ ਜਿਹੜੇ ਕਿ ਆਸਪਤਾਲ ਜਿਹੜੇ ਕਿ ਲੜਕੇ ਜਿਹੜਾ ਕਿ ਇਸ ਖਬਰ ਦੇ ਨਾਲ ਜ਼ਰੂਰ
जरूर सांझी की जाएगी। हम तो जुड़े रहे, बहुत बहुत धन्यवाद।